मेरी खेती मेरा किसान यूट्यूब चैनल देख रहे किसान वीरां नूं कुलदीप सिंह शेर गिल वालों सत श्री अकाल। इस वीडियो दे विच गल करांगे कि बरसीम नूं जो बीमारियां इस टाइम लग रहियां जां जो ते सुंडियां दा अटैक आ उस तों किवें जिहड़ा हैगा निजात पाई जावे। सब तो पहला बेनती है कि जिन्हां वीरां ने चैनल सबसक्राइब नहीं किया लाल बटन नप के चैनल सबसक्राइब कर लो ते घंटी वाला बटन जरूर नप लो तां कि लेटैसट वीडियो तुहाडे फोन तक पहुँचती रहे। किसान वीरों जिस तरीके दे नाल ही हुण बरसीम की फसल अगे वध रही है फुल्लां वाले पासे नूं जाएगी तां साडे बरसीम दे विच कुछ किस्म दीआं सुंडियां दिखण लग पैंदियां। इह सुंडियां बरसीम दा नुकसान तां करदियां ही करदियां ते नाल दी नाल इह तुहाडे पशु भी उस चारे नूं नहीं खांदे। इस करके इहनां दा कंट्रोल करना जिहड़ा हैगा जरूरी हो जांदा। ਇਹ ਸਭ ਤੋਂ ਪਹਿਲਾਂ ਤਾਂ ਕੁੰਡ ਮਾਰ ਹਰੀ ਸੁੰਡੀ ਆਉਂਦੀ ਜਿਹੜੀ ਕਿ ਕੁੰਡਲ ਜਾਂ ਮਾਰ ਕੇ ਬੈਠੀ ਰਹਿੰਦੀ ਹੈ, ਛੋਲਿਆਂ ਵਾਲੀ ਸੁੰਡੀ ਹੁੰਦੀ ਹੈ, ਜਾਂ ਇਸ ਟਾਈਮ 'ਤੇ ਥੋੜ੍ਹਾ ਥੋੜ੍ਹਾ ਤੇਲਾ ਆਉਂਦਾ। ਅਤੇ ਸਭ ਤੋਂ ਪਹਿਲਾਂ ਸੁੰਡੀਆਂ ਦੀ ਗੱਲ ਕਰੀਏ, ਦੇਖੋ ਇਹ ਦੋਨੋਂ ਹੀ ਸੁੰਡੀਆਂ ਜਿਹੜੀਆਂ ਹੈਗੀਆਂ ਪਹਿਲਾਂ ਤਾਂ ਖੇਤ ਦੇ ਨੇੜੇ ਤੁਹਾਡੇ ਜੋ ਵੀ ਕੋਈ ਨਦੀਨ ਹੈਗਾ ਉਹਨੂੰ ਸਾਰੇ ਨੂੰ ਸਾਫ਼ ਕਰ ਦਿਓ, ਕਿਉਂਕਿ ਬਾਹਰੋਂ ਆਏਗੀ, ਕਿਉਂਕਿ ਇਹ ਸੁੰਡੀਆਂ ਬਰਸੀਮ ਦੀਆਂ ਸੁੰਡੀਆਂ ਨਹੀਂ ਹੈਗੀਆਂ। ਚਾਰ ਸਫੇਰਾ ਸਾਫ਼ ਕਰ ਦਿਓ। ਹੁਣ ਜੇ ਖੇਤ ਦੇ ਵਿੱਚ ਆ ਵੀ ਗਈਆਂ ਤਾਂ ਇਹਨਾਂ ਨੂੰ ਜਿਹੜਾ ਹੈਗਾ ਇਸ ਸਮੇਂ ਪੰਛੀ ਜਿਹੜੇ ਹੈਗੇ ਬਹੁਤ ਜ਼ਿਆਦਾ ਚੁੱਕ ਕੇ ਖਾ ਜਾਂਦੇ ਹੈ, ਪਰੰਤੂ ਉਹਦੇ ਬਾਵਜੂਦ ਵੀ ਜੇ ਖੇਤ ਦੇ ਵਿੱਚ ਇਹ ਆ ਜਾਂਦੀਆਂ ਤਾਂ ਫਿਰ ਅਸੀਂ ਕੀ ਕਰਨਾ ਕਿ ਇਹਨਾਂ ਦੇ ਕੰਟਰੋਲ ਵਾਸਤੇ ਕੋਈ ਵੀ ਜ਼ਹਿਰ ਛਿੜਕਣਾ। ਜ਼ਹਿਰ ਛਿੜਕਣ ਤੋਂ ਪਹਿਲਾਂ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਉਹ ਜ਼ਹਿਰ ਤੁਹਾਡੇ ਪਸ਼ੂਆਂ ਵਿੱਚ ਆਏਗਾ ਅਤੇ ਪਸ਼ੂਆਂ ਨੂੰ ਵੀ ਜ਼ਹਿਰ ਵਾਹ ਹੋ ਸਕਦਾ ਹੈ। ਇਸ ਕਰਕੇ ਬਿਲਕੁਲ ਸੇਫ ਜ਼ਹਿਰ ਜਿਹੜੇ ਕਿ ਪਸ਼ੂਆਂ ਨੂੰ ਨੁਕਸਾਨ ਨਾ ਪਹੁੰਚਾਉਣ ਉਹਨਾਂ ਦੇ ਵਿੱਚੋਂ ਕੋਈ ਜ਼ਹਿਰ ਤੁਸੀਂ ਇਹਦੇ ਉੱਪਰ ਵਰਤ ਸਕਦੇ ਹੋ। ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਸੇਫ ਜ਼ਹਿਰ ਆਉਂਦੇ ਹੈ ਜਿਹੜੇ ਕਿ 20-25 ਦਿਨ ਤੱਕ ਕੰਟਰੋਲ ਰੱਖਦੇ ਹੈ, ਉਹਦੇ ਵਿੱਚੋਂ ਕੋਈ ਵੀ ਸਪਰੇਅ ਕਰਕੇ ਤੁਸੀਂ ਇਹਨਾਂ ਦਾ ਰੋਕਥਾਮ ਕਰ ਸਕਦੇ ਹੋ। ਇਹ ਜਿਹੜੀ ਛੋਲਿਆਂ ਵਾਲੀ ਸੁੰਡੀ ਹੈਗੀ ਹੈ ਜਿਹਨੂੰ ਅਸੀਂ ਅਮਰੀਕਨ ਸੁੰਡੀ ਵੀ ਕਹਿੰਦੇ ਹਾਂ, ਇਹ ਤੁਹਾਡੇ ਜਿਹੜਾ ਹੈਗਾ ਪੱਤੇ ਫੁੱਲ ਬੀਜ ਇਹ ਸਭ ਕੁਝ ਖਾ ਜਾਂਦੀ ਹੈ। ਦੂਸਰੀ ਗੱਲ ਹੈਗੀ ਹੈ ਕਿ ਇਸ ਟਾਈਮ ਖੇਤਾਂ ਦੇ ਵਿੱਚ ਤਣਾ ਗਲਣ ਦੀ ਬਿਮਾਰੀ ਆਈ ਪਈ ਹੈ। ਇਹ ਕਈ ਜਗ੍ਹਾ 'ਤੇ ਤਾਂ ਖੇਤ ਜਗ ਵਿੱਚੋਂ ਕਾਫੀ ਖਤਮ ਵੀ ਹੋ ਗਿਆ। ਦੇਖੋ ਇਹਦੀ ਪਹਿਚਾਣ ਇਹ ਹੈਗੀ ਹੈ ਕਿ ਖੇਤ ਦੇ ਵਿੱਚ ਚਿੱਟੇ ਰੰਗ ਦੀ ਉੱਲੀ ਤੁਹਾਨੂੰ ਜ਼ਮੀਨ ਦੇ ਉੱਪਰ ਪਏ ਹੋਏ ਜੈਵਿਕ ਮਾਦੇ ਦੇ ਉੱਪਰ ਵੱਧਦੀ ਹੋਈ ਦਿਖੂਗੀ। ਖੇਤ ਚਿੱਟਾ ਚਿੱਟਾ ਹੋਇਆ ਹੋਊਗਾ ਅਤੇ ਬਰਸੀਮ ਨੂੰ ਪੂਰੇ ਦੇ ਪੂਰੇ ਨੂੰ ਸੁਕਾ ਦਿੰਦੀ ਹੈ। ਜਾਂ ਇੱਕ ਪੱਤਿਆਂ ਦੇ ਉੱਪਰ ਜਿਹੜਾ ਹੈਗਾ ਦਾਗ ਦੀ ਬਿਮਾਰੀ ਆਈ ਹੋਈ ਧੱਬਿਆਂ ਦੀ। ਹੁਣ ਸਭ ਤੋਂ ਪਹਿਲੀ ਗੱਲ ਤਾਂ ਹੈਗੀ ਹੈ ਕਿ ਜਿਹੜਾ ਵੀ ਖੇਤ ਦੇ ਵਿੱਚ ਇਹ ਬਿਮਾਰੀ ਹੈਗੀ ਹੈ ਉਸ ਖੇਤ ਨੂੰ ਤੁਸੀਂ ਜਲਦੀ ਕਟਾਈ ਕਰੋ ਤਾਂ ਕਿ ਧੁੱਪ ਲੱਗ ਕੇ ਜਿਹੜੀ ਹੈਗੀ ਹੈ ਥੱਲੇ ਜਿਹੜੀ ਉੱਲੀ ਪਈ ਉਹ ਸਾਰੀ ਖਤਮ ਹੋ ਜਾਵੇ। ਦੂਸਰਾ, ਹੁਣ ਮੌਸਮ ਗਰਮ ਹੋ ਗਿਆ, ਪਾਣੀ ਫੁੱਲ ਭਰ ਕੇ ਲਾਓ। ਜ਼ਿਆਦਾ ਪਾਣੀ ਫੁੱਲ ਭਰ ਕੇ ਪਾਣੀ ਲਾਉਣ ਦੇ ਨਾਲ ਕੀ ਹੁੰਦਾ ਕਿ ਇਹ ਜਿਹੜੀ ਉੱਲੀ ਦੇ ਮਸੀਲੀਅਮ ਹੈ ਉਹ ਖਤਮ ਹੋ ਜਾਂਦਾ ਹੈ। ਫਿਰ ਸਾਡੇ ਕੋਲ ਜਿਹੜਾ ਹੈਗਾ ਕਟਾਈ ਕਰਨ ਤੋਂ ਬਾਅਦ ਦੇ ਵਿੱਚ ਖੇਤ ਦੇ ਵਿੱਚ ਸਪਰੇਅ ਕਰਨ ਵਾਸਤੇ ਕੁਝ ਸਪਰੇਆਂ ਹੈਗੀਆਂ ਕਟਾਈ ਕਰਨ ਤੋਂ ਬਾਅਦ ਦੇ ਵਿੱਚ, ਜਿਵੇਂ ਤੁਹਾਡੀ ਇਹ 12-63 ਹੈਗੀ ਹੈ ਮੈਂਕੋਜ਼ੇਬ ਅਤੇ ਕਾਰਬਨਡਿਜ਼ਮ ਆਉਂਦਾ, ਕਈ ਕੰਪਨੀਆਂ ਦਾ ਮਿਕਸਚਰ ਆਉਂਦਾ। ਇਹ 3 ਕਿੱਲਿਆਂ ਦੇ ਵਿੱਚ 1 ਕਿਲੋ ਪਾ ਕੇ ਵਰਤ ਸਕਦੇ ਹਾਂ। ਕੋਪਰ ਆਕਸੀ ਕਲੋਰਾਈਡ ਆਉਂਦਾ ਜਿਹੜਾ 50% ਤਾਕਤ ਦਾ ਹੁੰਦਾ, ਇਹ ਵੀ 3 ਕਿੱਲਿਆਂ ਦੇ ਵਿੱਚ 1 ਕਿਲੋ ਸਪਰੇਅ ਕਰ ਸਕਦੇ ਹਾਂ। ਇਹਦੇ ਨਾਲ ਸਭ ਤੋਂ ਚਾਰੇ ਵਿੱਚੋਂ ਕਾਪਰ ਦੀ ਘਾਟ ਵੀ ਦੂਰ ਹੋਏਗੀ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਚਾਰੇ ਨੂੰ ਜਿਹੜਾ ਹੈਗਾ ਇਹ ਇਹਨਾਂ ਦਾ ਸਪਰੇਅ ਕਰਕੇ ਤੁਸੀਂ ਬਚਾਅ ਕਰ ਸਕਦੇ ਹੋ। ਜੇ ਖੇਤ ਦੇ ਵਿੱਚ ਤੇਲਾ ਹੈਗਾ ਤਾਂ ਤੇਲੇ ਦੀ ਵੀ ਤੁਸੀਂ ਉਹਦੇ ਉੱਪਰ ਜੋ ਆਮ ਸਧਾਰਨ ਤੇਲੇ ਵਾਲੀਆਂ ਦਵਾਈਆਂ ਉਹ ਸਪਰੇਅ ਕਰਕੇ ਵਰਤ ਸਕਦੇ ਹੋ। ਧਿਆਨ ਇਹ ਰੱਖੋ ਕਿ ਕੋਸ਼ਿਸ਼ ਤਾਂ ਇਹ ਕਰੋ ਕਿ ਜਦੋਂ ਵੀ ਤੁਸੀਂ ਸਪਰੇਅ ਕਰਦੇ ਹੋ ਖੇਤ ਦੀ ਕਟਾਈ ਕਰਨ ਤੋਂ ਬਾਅਦ ਦੇ ਵਿੱਚ ਸਪਰੇਅ ਕਰੋ ਤਾਂ ਜ਼ਿਆਦਾ ਵਧੀਆ ਰਿਜ਼ਲਟ ਆਉਣਗੇ। ਕਈ ਵਾਰੀ ਇਹ ਹੁੰਦਾ ਕਿ ਅਸੀਂ ਕਟਾਈ ਕਰਕੇ ਦੂਸਰੇ ਤੀਸਰੇ ਦਿਨ ਪਸ਼ੂਆਂ ਨੂੰ ਪੱਠੇ ਪਾ ਦਿੰਦੇ ਹਾਂ ਜਿਹਦੇ ਕਰਕੇ ਦਵਾਈਆਂ ਜ਼ਹਿਰੀਲੀਆਂ ਦਾ ਕਰਕੇ ਜ਼ਹਿਰ ਵਾਹ ਹੋ ਜਾਂਦਾ ਜਿਹੜਾ ਦੁੱਧ ਰਾਹੀਂ ਸਾਨੂੰ ਵੀ ਨੁਕਸਾਨ ਕਰਦਾ। ਇਸ ਕਰਕੇ ਜੇਕਰ ਕਟਿੰਗ ਤੋਂ ਬਾਅਦ 'ਚ ਸਪਰੇਅ ਕਰੋਗੇ ਤਾਂ ਉਹਦੇ ਜ਼ਿਆਦਾ ਵਧੀਆ ਰਿਜ਼ਲਟ ਆਉਣਗੇ ਅਤੇ ਤੁਹਾਡੇ ਪਸ਼ੂਆਂ ਨੂੰ ਵੀ ਨੁਕਸਾਨ ਹੋਣ ਦੀ ਜਿਹੜੀ ਹੈਗੀ ਹੈ ਬਹੁਤ ਘੱਟ ਉਮੀਦ ਹੋਏਗੀ। ਅਗਲੀ ਵੀਡੀਓ 'ਚ ਮੈਂ ਗੱਲ ਕਰਦਾ ਕਿ ਬੀਜ ਉਤਪਾਦਨ ਕਿਵੇਂ ਕਰੀਏ, ਤਾਂ ਇਹ ਮੈਂ ਕੱਲ੍ਹ ਨੂੰ ਅਪਲੋਡ ਕਰਾਂਗਾ। ਤਾਂ ਬੀਜ ਉਤਪਾਦਨ ਕਰਨ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਧਿਆਨ ਰੱਖਣਾ ਉਹ ਵੀ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਦੱਸਾਂਗਾ। ਜੇ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ ਦੋਸਤੋ।